ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਹੋਰ ਅੱਜ ਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਹਾਂ। ਸੰਗਤ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਗੁਰਸਿੱਖ ਪਿਆਰੇ ਤੱਕ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਹੀ ਰਹੇ ਹੋ, ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਸੋ ਤਰਨ ਤਾਰਨ ਸਾਹਿਬ ਗੁਰੂ ਘਰ ਦੇ ਦਰਸ਼ਨ ਦੀਦਾਰੇ ਆਪਦੇ ਨਾਲ ਸਾਂਝੇ ਕਰਾਂਗੇ। ਦਰਸ਼ਨੀ ਡਿਊਟੀ ਵਾਲਾ ਜਿਹੜਾ ਆਪਾਂ ਜਾ ਰਹੇ ਹਾਂ ਇਸ ਸਮੇਂ, ਬਾਜ਼ਾਰ ਲੱਗੇ ਹੋਏ ਹਾਂ ਸਾਈਡਾਂ ਦੇ ਉੱਤੇ, ਸੁੰਦਰ ਰੁਮਾਲੇ, ਪਿੱਤਲ ਦੇ ਭਾਂਡੇ, ਤਾਂਬੇ ਦੇ ਭਾਂਡੇ, ਉਸ ਤੋਂ ਬਾਅਦ ਬੱਚਿਆਂ ਦੇ ਖਿਡੌਣੇ, ਕਾਫੀ ਕੁਛ ਹੈ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ। ਇਹ ਪਾਵਲਾ ਜੀ ਅਤੇ ਆਪਣੇ ਰਾਜਵੀਰ ਜੀ ਨੇ ਜਿਹੜੇ ਭਾਂਡੇ ਦੇਖ ਰਹੇ ਨੇ। ਰਾਜਵੀਰ ਜੀ ਭਾਂਡਾ ਲੈ ਰਹੇ ਹੋ ਕੋਈ? ਅੱਛਾ, ਕਹਿੰਦੇ ਸਰ ਦਹੀ ਦਾ ਕੰਮ ਸ਼ੁਰੂ ਕਰਨਾ ਇਹਦੇ ਨਾਲ। ਸੋ ਦਰਬਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ ਗੁਰਦੁਆਰਾ ਸ਼੍ਰੀ ਤਰਨ ਤਾਰਨ ਸਾਹਿਬ। ਸੋ ਦਰਸ਼ਨ ਕਰਵਾ ਰਹੇ ਹਾਂ ਜੀ ਆਪ ਨੂੰ ਗੁਰਦੁਆਰਾ ਸਾਹਿਬ ਸ਼੍ਰੀ ਤਰਨ ਤਾਰਨ ਸਾਹਿਬ, ਅਤੇ ਸਰੋਵਰ ਦੇ ਵੀ ਦਰਸ਼ਨ ਕਰਾਵਾਂਗੇ। ਬਹੁਤ ਵਿਸ਼ਾਲ ਸਰੋਵਰ ਹੈ ਜਿਹੜਾ ਇਸ ਗੁਰੂ ਘਰ ਦਾ ਹੈ, ਅਤੇ ਜੇਕਰ ਕਿਹਾ ਜਾਵੇ ਤਾਂ ਸਿੱਖ ਕੌਮ ਦਾ ਜੇਕਰ ਸਭ ਤੋਂ ਵੱਡੇ ਸਰੋਵਰ ਦੀ ਗੱਲ ਕਰੀਏ ਤਾਂ ਉਹ ਗੁਰਦੁਆਰਾ ਸ਼੍ਰੀ ਤਰਨ ਤਾਰਨ ਸਾਹਿਬ ਵਿਖੇ ਹੀ ਜੋ ਬਣਿਆ ਹੋਇਆ ਹੈ। ਸੋ ਦਰਸ਼ਨ ਕਰਵਾ ਰਿਹਾ ਤੁਹਾਨੂੰ ਸਰੋਵਰ ਦੇ। ਇਹ ਸਾਹਮਣੇ ਗੁਰੂ ਘਰ ਹੈ ਜੀ ਤਰਨ ਤਾਰਨ ਸਾਹਿਬ ਦਾ, ਅਤੇ ਉਸ ਤੋਂ ਬਾਅਦ ਇਹ ਨਾਲ ਸਰੋਵਰ ਹੈ। ਦੇਖੋ ਕਿੰਨਾ ਵਧੀਆ ਨੀਲੇ ਰੰਗ ਦਾ ਜਿਹੜਾ ਪਾਣੀ ਹੈ ਇਸ ਦੇ ਵਿੱਚ ਹੈਗਾ, ਬਹੁਤ ਵਿਸ਼ਾਲ ਸਰੋਵਰ ਹੈ ਜਿਹੜਾ, ਬਹੁਤ ਵੱਡਾ ਸਰੋਵਰ, ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸਰੋਵਰ ਹੋਣ ਦਾ ਮਾਣ ਇਸ ਸਰੋਵਰ ਨੂੰ ਮਿਲਿਆ। ਸੋ ਦਰਸ਼ਨ ਕਰਵਾ ਰਿਹਾ ਨਾਲ ਦੀ ਨਾਲ ਹੀ ਬੁੰਗਿਆਂ ਦੇ, ਜਿਹੜੇ ਗੁਰੂ ਘਰਾਂ ਦੇ ਵਿੱਚ ਬੁੰਗੇ ਬਣੇ ਹੋਏ ਨੇ। ਚਾਹੇ ਆਪਾਂ ਹਰਿਮੰਦਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਵੀ ਤੁਹਾਨੂੰ ਲੰਗਰ ਹਾਲ ਦੇ ਲਾਗੇ ਜਿਹੜੇ ਬੁੰਗੇ ਬਣੇ ਹੋਏ ਦਿਖਾਈ ਦੇ ਰਹੇ ਨੇ, ਅਤੇ ਇਸੇ ਤਰ੍ਹਾਂ ਦੇ ਬੁੰਗੇ ਜਿਹੜੇ ਤਰਨ ਤਾਰਨ ਸਾਹਿਬ ਵਿਖੇ ਵੀ ਬਣੇ ਹੋਏ ਨੇ, ਜਿਨ੍ਹਾਂ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ। ਅੰਦਰ ਸਰੋਵਰ ਦੇ ਨਾਲ ਨਾਲ ਗ੍ਰੀਨਰੀ ਦਾ ਵੀ ਪੂਰਾ ਧਿਆਨ ਹੈ ਜਿਹੜਾ ਉਹ ਰੱਖਿਆ ਗਿਆ। ਅੱਜ ਕੱਲ੍ਹ ਬੇਸ਼ੱਕ ਦੀ ਦਰੱਖਤਾਂ ਦੀ ਆਪਾਂ ਕਟਾਈ ਦੇ ਉੱਤੇ ਜ਼ੋਰ ਦਿੱਤਾ ਹੋਇਆ, ਸੜਕਾਂ ਦੇ ਕਿਨਾਰਿਆਂ ਦੇ ਉੱਤੇ ਸੜਕਾਂ ਵੱਡੀਆਂ ਬਣਨ ਦੇ ਲਈ ਬੇਸ਼ੱਕ ਦੀ ਆਪਾਂ ਹਜ਼ਾਰਾਂ ਹੀ ਬੂਟੇ ਜਿਹੜੇ ਉਹ ਕੱਟ ਰਹੇ ਹਾਂ। ਬੂਟਿਆਂ ਨੂੰ ਕੋਈ ਲਗਾਉਣ ਦਾ ਕੰਮ ਨਹੀਂ ਕਰ ਰਿਹਾ, ਲੇਕਿਨ ਬਹੁਤ ਵਧੀਆ ਸੁਨੇਹਾ ਜਿਹੜਾ ਇਸ ਗੁਰੂ ਘਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਜਿੱਥੇ ਬੂਟੇ ਨੇ ਜਿਹੜੇ ਉਹ ਸਰੋਵਰ ਦੇ ਨਾਲ ਨਾਲ ਬਿਲਕੁਲ ਚਾਰੋ ਕੋਨਿਆਂ ਦੇ ਉੱਤੇ ਕਹਿ ਲਈਏ ਤਾਂ ਬਹੁਤ ਸੋਹਣੇ ਜਿਹੜੇ ਬੂਟੇ ਨੇ, ਛੋਟੇ ਛੋਟੇ ਨੇ, ਲਗਾਏ ਜ਼ਰੂਰ ਨੇ, ਪਹਿਲਕਦਮੀ ਕੀਤੀ ਹੋਈ ਹੈ, ਬਹੁਤ ਵਧੀਆ ਗੱਲ ਹੈ। ਇਸ ਤਰ੍ਹਾਂ ਦੇ ਹਰ ਇੱਕ ਬੂਟੇ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਜ਼ਰੂਰ ਲਗਾਉਣੇ ਚਾਹੀਦੇ ਨੇ। ਸਾਹਮਣੇ ਗੁਰੂ ਘਰ ਦਾ ਦਰਸ਼ਨ ਇੱਕ ਵਾਰ ਫਿਰ ਤੁਹਾਨੂੰ ਕਰਵਾ ਰਹੇ ਹਾਂ। ਸੋ ਬੂਟੇ ਜ਼ਰੂਰ ਲਗਾਓ, ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਣੇ ਆਪ ਨੂੰ ਇਸ ਧਰਤੀ ਦੇ ਉੱਤੇ ਰਹਿਣ ਲਾਇਕ ਬਣਾਉਣਾ ਤਾਂ ਬੂਟਿਆਂ ਦੀ ਕਦਰ ਕਰਨੀ ਸਿੱਖੋ, ਬੂਟੇ ਜ਼ਰੂਰ ਵੱਧ ਤੋਂ ਵੱਧ ਲਗਾਈਏ। ਸੋ ਜਿਹੜੇ ਬੁੰਗਿਆਂ ਦੀ ਆਪਾਂ ਗੱਲ ਕੀਤੀ ਸੀ ਤੁਹਾਨੂੰ ਕਿ ਬੁੰਗੇ ਜਿਹੜੇ ਬਣੇ ਹੋਏ ਆ ਅਤੇ ਉਹਨਾਂ ਦੇ ਇਤਿਹਾਸ ਕੀ ਆ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਆਲ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੇ ਸੱਜੇ ਹੱਥ ਵਾਲਾ ਇਹ 3 ਮੰਜ਼ਿਲਾ ਮੁਨਾਰਾ ਜੋ ਕਿ ਆਪਣੀ ਸਰਪ੍ਰਸਤੀ ਹੇਠ ਬਣਾਇਆ ਸੀ, ਜਿਸ ਦੇ ਉੱਤੇ ਚੜ੍ਹ ਕੇ 12 ਮੀਲ ਤੱਕ ਨਜ਼ਰ ਪੈਂਦੀ ਸੀ।
ਸੋ ਇਹ ਸਿੱਖ ਰਾਜ ਵੇਲੇ ਦੀ ਅਦੁੱਤੀ ਇਮਾਰਤ ਕਲਾ ਦੀ ਨਿਸ਼ਾਨੀ ਵੀ ਦੱਸਿਆ ਜਾ ਰਿਹਾ ਹੈ। ਸੋ ਬਿਲਕੁਲ ਸਾਹਮਣੇ ਜੋ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਇਸ ਅਸਥਾਨ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਦੁਸ਼ਟ ਚੰਦੂ ਸਵਾਹੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਂਦੇ ਸਮੇਂ, ਰਾਤ ਦੇ ਸਮੇਂ ਜਦੋਂ ਰਾਤ ਹੋ ਗਈ ਸੀ ਤਾਂ ਇਸ ਜਗ੍ਹਾ ਦੇ ਉੱਤੇ ਠਹਿਰੇ ਸਨ। ਸੋ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਆ ਕੇ ਗੁਰੂ ਸਾਹਿਬ ਨੇ ਰਾਤ ਕੱਟੀ ਸੀ, ਉਹਨਾਂ ਦੀ ਉਸੀ ਯਾਦ ਨੂੰ ਤਾਜ਼ਾ ਕਰ ਰਿਹਾ ਗੁਰਦੁਆਰਾ ਮੰਜੀ ਸਾਹਿਬ, ਜੋ ਕਿ ਜੋ ਸਰੋਵਰ ਹੈ ਉਸਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਜਿਹੜਾ ਬਣਿਆ ਹੋਇਆ ਹੈ। ਇਸ ਦੇ ਵੀ ਜਦੋਂ ਵੀ ਇੱਥੇ ਆਓ ਤਾਂ ਦਰਸ਼ਨ ਦੀਦਾਰੇ ਜ਼ਰੂਰ ਕਰਕੇ ਜਾਇਆ ਕਰਿਓ। ਨਿਸ਼ਾਨ ਸਾਹਿਬ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਜਿਹੜੇ ਨਿਸ਼ਾਨ ਨੇ, ਉਹਨੇ ਸਾਹਮਣੇ ਇੱਕ ਵਾਰ ਫਿਰ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਤਸਵੀਰ, ਸੁੰਦਰ ਤਸਵੀਰ। ਉਹ ਸੰਗਤ ਜੀ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਂਦੇ ਹਾਂ, ਇੱਥੇ ਹਵਾ ਦੇ ਵਿੱਚ ਦੇਖੋ ਟੈਂਟ, ਇਹ ਆਹ ਦੇਖੋ ਇਹ ਉੱਪਰ ਉੱਪਰ ਹੀ ਹੈ, ਥੱਲੇ ਕੋਈ ਵੀ ਨਹੀਂ ਟੈਂਟ ਲੱਗਿਆ ਹੋਇਆ। ਇਹ ਦੇਖੋ ਸਾਰਾ ਜਿਹੜਾ ਟੈਂਟ ਹੈ ਇਹ ਹੁਣ ਥੱਲੇ ਵੱਲ ਨੂੰ ਹੋ ਰਿਹਾ। ਇਹ ਦੇਖੋ ਇਹ ਲਓ, ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਜੀ ਦੇ ਇਤਿਹਾਸ ਦੇ। ਸੋ ਪੰਜਾਬ ਦੇ ਇਤਿਹਾਸ ਵਿੱਚ ਗੁਰੂ ਕੀ ਨਗਰੀ ਤਰਨ ਤਾਰਨ, ਜ਼ਿਲ੍ਹਾ ਤਰਨ ਤਾਰਨ ਦੀ ਇੱਕ ਵਿਸ਼ੇਸ਼ ਥਾਂ, ਇਹ ਨਗਰੀ ਜੋ ਦੁੱਖ ਨਿਵਾਰਨ ਦੇ ਨਾਮ ਨਾਲ ਪ੍ਰਸਿੱਧ ਹੈ, ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 17 ਵੈਸਾਖ ਨੂੰ ਪਹਿਲਾ ਸਰੋਵਰ ਖੁਦਵਾ ਕੇ ਅਤੇ ਫਿਰ ਸੰਮਤ 17 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦਾ ਕੀ ਇਤਿਹਾਸ ਆ, ਉਸਦੇ ਲਈ ਆਪ ਦੇ ਨਾਲ ਜੋ ਇੱਥੇ ਜਾਣਕਾਰੀ ਦੇ ਰਿਹਾ ਬੋਰਡ ਆ, ਉਹ ਉਸਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਗੁਰੂ ਕੀ ਨਗਰੀ ਤਰਨ ਤਾਰਨ ਸਾਹਿਬ, ਜ਼ਿਲ੍ਹਾ ਤਰਨ ਤਾਰਨ ਸਾਹਿਬ ਦੀ ਇੱਕ ਵਿਸ਼ੇਸ਼ਤਾ ਹੈ। ਇਹ ਨਗਰੀ ਜੋ ਦੁੱਖ ਨਿਵਾਰਨ ਦੇ ਨਾਮ ਨਾਲ ਵੀ ਪ੍ਰਸਿੱਧ ਹੈ, ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਸਰੋਵਰ ਖੁਦਵਾ ਕੇ ਇਸ ਨਗਰ ਦੀ ਨੀਂਹ ਰੱਖ ਕੇ ਆਬਾਦ ਕੀਤਾ ਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਨਵਾਂ ਨਗਰ ਅਤੇ ਸਰੋਵਰ ਬਣਾਉਣ ਦੀ ਲੋੜ ਕਿਉਂ ਪਈ, ਜਦਕਿ ਇੱਥੋਂ ਉੱਤਰ ਵੱਲ 12-13 ਮੀਲ ਦੇ ਫਾਸਲੇ 'ਤੇ ਗੁਰੂ ਕਾ ਚੱਕ ਅੰਮ੍ਰਿਤਸਰ ਸਿੱਖੀ ਪ੍ਰਚਾਰ ਦਾ ਨਵਾਂ ਕੇਂਦਰ ਬਣ ਚੁੱਕਾ ਸੀ। ਇਸ ਸੰਬੰਧ ਵਿੱਚ ਉੱਤਰ ਵਜੋਂ ਕੁਝ ਸਿਧਾਂਤਕ ਗੱਲਾਂ ਜੋ ਸਿੱਖ ਇਤਿਹਾਸ ਨਾਲ ਬੜਾ ਗਹਿਰਾ ਸੰਬੰਧ ਰੱਖਦੀਆਂ ਹਨ, ਉਹ ਵੀ ਤੁਸੀਂ ਨਾਲ ਦੀ ਨਾਲ ਪੜ੍ਹ ਵੀ ਸਕਦੇ ਹੋ ਕਿ ਕੀ ਕੁਛ ਇਸ ਦੇ ਵਿੱਚ ਲਿਖਿਆ ਹੋਇਆ। ਤਰਨ ਤਾਰਨ ਸਾਹਿਬ ਦਾ ਮੁੱਢ ਕਦੋਂ ਹੋਇਆ, ਸਰੋਵਰ ਸ਼੍ਰੀ ਤਰਨ ਤਾਰਨ ਸਾਹਿਬ ਇਸ ਨੂੰ ਖੁਦਵਾਉਣ ਦੀ ਕਿਉਂ ਜ਼ਰੂਰਤ ਪਈ ਹੈ, ਸਾਰਾ ਕੁਛ ਇਸ ਬੋਰਡ ਦੇ ਉੱਤੇ ਬਾਖੂਬੀ ਦਰਜ ਕੀਤਾ ਗਿਆ ਹੈ, ਲਿਖਿਆ ਗਿਆ ਹੈ। ਜੱਸਾ ਸਿੰਘ ਰਾਮਗੜੀਏ ਨੇ ਤਾਲ ਦੇ ਦੋ ਪਾਸੇ ਪੱਕੇ ਕਰਵਾਏ, ਬਾਕੀ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਾਰਕੁਨ ਮੋਤੀ ਦੇ ਰਾਹੀਂ ਪੱਕੇ ਕਰਵਾਏ ਸਨ। ਇਸ ਸਰੋਵਰ ਦੀ ਪਰਿਕਰਮਾ ਪੱਕੀ ਕਰਵਾਉਣ ਦੀ ਸੇਵਾ ਕੰਵਰ ਨੌ ਨਿਹਾਲ ਸਿੰਘ ਦੁਆਰਾ ਕੀਤੀ ਗਈ ਸੀ।